ਤਾਂ ਯੂਨੀਵਰਸਿਟੀ ਦੇ ਵਿੱਚ ਨਵੀਂ ਪਾਰਟੀ ਲਿਆਉਣ ਦੀ ਜ਼ਰੂਰਤ ਤਾਂ ਪਈ ਹੈ ਕਿ ਜਿੰਨੀਆਂ ਵੀ ਪੋਲੀਟੀਕਲ ਸਟੂਡੈਂਟ ਪਾਰਟੀਜ਼ ਨੇ ਠੀਕ ਹੈ ਇਹ ਸਟੂਡੈਂਟ ਦੇ ਮੁੱਦਿਆਂ ਤੋਂ ਹਟ ਕੇ ਪੋਲੀਟੀਕਲ ਮੁੱਦਿਆਂ ਦੇ ਉੱਤੇ ਇਲੈਕਸ਼ਨ ਲੜਨ ਜਾ ਰਹੀ ਹੈ ਕਿਸੇ ਕੋਲੇ ਵੀ ਇੱਕ ਵੀ ਸਟੂਡੈਂਟ ਮੁੱਦਾ ਨਹੀਂ ਹੈ ਮੈਨੀਫੈਸਟੋ ਛਾਪਦੇ ਨੇ ਇਲੈਕਸ਼ਨ ਤੋਂ 5 ਦਿਨ ਪਹਿਲਾਂ ਮੈਨੀਫੈਸਟੋ ਛਾਪਦੇ ਨੇ 3 ਦਿਨ ਪਹਿਲਾਂ ਸਟੂਡੈਂਟ ਚ ਦੇ ਦਿੰਦੇ ਨੇ ਠੀਕ ਹੈ ਤੇ ਉਹ ਵੀ ਉਦੋਂ ਦਿੰਦੇ ਆ ਜਦੋਂ ਸਟੂਡੈਂਟ ਇਹਨਾਂ ਤੋਂ ਸਵਾਲ ਨਾ ਕਰ ਸਕੇ ਗਰਲਸ ਦਾ ਹਮੇਸ਼ਾ ਮੁੱਦਾ ਜਿਹੜਾ ਹੈ ਸਭ ਤੋਂ ਪ੍ਰਮੁੱਖ ਰਹਿੰਦਾ ਹੁੰਦਾ ਕਿ ਗਰਲਸ ਦੀ ਸਿਕਿਉਰਿਟੀ ਨੂੰ ਲੈ ਕੇ ਸੇਫਟੀ ਨੂੰ ਲੈ ਕੇ ਕਈ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਸਭ ਤੋਂ ਪਹਿਲੇ ਤਾਂ ਗਾਰਡਸ ਜੋ ਯਹਾਂ ਪਰ ਅਵੇਲੇਬਲ ਹੀ ਨਹੀਂ ਹੈ एक गार्ड को 16-16 घंटे कभी बार ड्यूटी करनी पड़ती है ठीक है इतने कम गार्ड्स हैं पंजाब यूनिवर्सिटी का मेला एक बार फिर तो लग्या है क्योंकि चोणां नेड़े आ गईआं ने ते चोणां नेड़े आउंदिआं ही जिहड़ा माहौल है वह यूनिवर्सिटी का कितना कितने हो रंगिया हो नज़र आ रहा उत्थे ही जिथे पुरानियां पार्टियां दे वल्लों अपना अपना प्रचार करना शुरू कर दिता गया एक नवा फ्रंट शुरू खड़ा किया गया USO यूनिवर्सिटी स्टूडेंट ऑर्गेनाइजेशन अर्श यह की सोच के नवा एक फ्रंट खड़ा किया लगातार तुसी पॉलिटिक्स दे विच रहे हो पर अज एक नवा फ्रंट क्यों की लोड़ पैगी खड़ा करन दी सब तो पहला तो तुहाडी उस गल का जवाब दिंदे आ कि यूनिवर्सिटी दे विच फिर तो मेला लग्या होया तो जिन्नी पोलीटल पार्टीज़ ने मैनू ऐ लगता कि वो मनियारी वाली दुकाना ने जिहड़ियां बस सिर्फ मेले ते आउंदियां तो जिहड़े मेरे नाल स्टूडेंट खड़े ने वो ने जिहड़े हर रोज़ उत्थे रहिंदे ने क्योंकि इन्हां दा उही पिंड आ जिथे मेला लग्या है ਤਾਂ ਯੂਨੀਵਰਸਿਟੀ ਦੇ ਵਿੱਚ ਨਵੀਂ ਪਾਰਟੀ ਲਿਆਉਣ ਦੀ ਜ਼ਰੂਰਤ ਤਾਂ ਪਈ ਹੈ ਕਿ ਜਿੰਨੀਆਂ ਵੀ ਪੋਲੀਟੀਕਲ ਸਟੂਡੈਂਟ ਪਾਰਟੀਜ਼ ਨੇ ਠੀਕ ਹੈ ਇਹ ਸਟੂਡੈਂਟ ਦੇ ਮੁੱਦਿਆਂ ਤੋਂ ਹਟ ਕੇ ਪੋਲੀਟੀਕਲ ਮੁੱਦਿਆਂ ਦੇ ਉੱਤੇ ਇਲੈਕਸ਼ਨ ਲੜਨ ਜਾ ਰਹੀਆਂ ਨੇ ਕਿਸੇ ਕੋਲੇ ਵੀ ਇੱਕ ਵੀ ਸਟੂਡੈਂਟ ਮੁੱਦਾ ਨਹੀਂ ਹੈ ਮੈਨੀਫੈਸਟੋ ਛਾਪਦੇ ਨੇ ਇਲੈਕਸ਼ਨ ਤੋਂ 5 ਦਿਨ ਪਹਿਲਾਂ ਮੈਨੀਫੈਸਟੋ ਛਾਪਦੇ ਨੇ 3 ਦਿਨ ਪਹਿਲਾਂ ਸਟੂਡੈਂਟ ਚ ਦੇ ਦਿੰਦੇ ਨੇ ਠੀਕ ਹੈ ਤੇ ਉਹ ਵੀ ਉਦੋਂ ਦਿੰਦੇ ਆ ਜਦੋਂ ਸਟੂਡੈਂਟ ਇਹਨਾਂ ਤੋਂ ਸਵਾਲ ਨਾ ਕਰ ਸਕੇ ਤੇ ਉਸ ਤੋਂ ਬਾਅਦ ਜਿਵੇਂ ਹੀ ਇਲੈਕਸ਼ਨ ਖਤਮ ਹੋ ਜਾਂਦਾ ਮੈਨੀਫੈਸਟੋ ਆਦੇ ਪੇਜਾਂ ਤੋਂ ਡਿਲੀਟ ਕਰ ਦਿੰਦੇ ਆ ਕਿ ਸਾਡੇ ਤੋਂ ਕੋਈ ਇਹ ਤੋਂ ਬਾਅਦ ਚ ਵੀ ਸਵਾਲ ਨਾ ਕਰਨ ਕਿ ਤੁਸੀਂ ਕੰਮ ਕੀ ਕੀਤਾ ਤਾਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਹਾਡੇ ਮੀਡੀਆ ਰਾਹੀਂ ਵੀ ਇਹ ਗੱਲ ਕਹਿ ਰਿਹਾ ਕਿ ਜਿੰਨੀਆਂ ਗੱਲਾਂ ਕਹੋਗੇ ਉਨੀਆਂ ਪੂਰੀਆਂ ਕਹੋਗੇ ਬੇਸ਼ੱਕ ਘੱਟ ਕਹਿ ਦੇਵਾਂਗੇ ਪਰ ਜਿੰਨੀਆਂ ਕਹੋਗੇ ਉਹ ਸਾਰੀਆਂ ਪੂਰੀਆਂ ਕਰਾਂਗੇ ਸਾਰੇ ਏਜੰਡੇ ਲੈ ਕੇ ਆਯੂਸ਼ੀ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਗਰਲਸ ਦਾ ਹਮੇਸ਼ਾ ਮੁੱਦਾ ਜਿਹੜਾ ਹੈ ਸਭ ਤੋਂ ਪ੍ਰਮੁੱਖ ਰਹਿੰਦਾ ਹੁੰਦਾ ਕਿ ਗਰਲਸ ਦੀ ਸਿਕਿਉਰਿਟੀ ਨੂੰ ਲੈ ਕੇ ਸੇਫਟੀ ਨੂੰ ਲੈ ਕੇ ਕਈ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਤੁਸੀਂ ਨਵੇਂ ਫਰੰਟ ਦੇ ਵਿੱਚੋਂ ਕੀ ਤੁਹਾਨੂੰ ਕੀ ਲੱਗਦਾ ਕਿ ਕੀ ਕੁਝ ਸੇਫਟੀ ਸਿਕਿਉਰਿਟੀ ਦੇ ਲਈ ਕੀ ਕੁਝ ਹੋਣਾ ਚਾਹੀਦਾ ਤੇ ਤੁਸੀਂ ਕੀ ਕੁਝ ਪ੍ਰੋਵਾਈਡ ਕਰਵਾ ਸਕਦੇ ਹੋ ਸਭ ਤੋਂ ਪਹਿਲੇ ਤਾਂ ਗਾਰਡਸ ਜੋ ਯਹਾਂ ਪਰ ਅਵੇਲੇਬਲ ਹੀ ਨਹੀਂ ਹੈ ਇੱਕ ਗਾਰਡ ਕੋ 16-16 ਘੰਟੇ ਕਈ ਵਾਰ ਡਿਊਟੀ ਕਰਨੀ ਪੜਤੀ ਹੈ ਠੀਕ ਹੈ ਇਤਨੇ ਕਮ ਗਾਰਡਸ ਹੈ ਔਰ ਰਾਤ ਕੇ ਟਾਈਮ ਪਰ ਲੜਕੀਆਂ ਪੜ ਰਹੀ ਹੋਤੀ ਹੈ ਹੋਸਟਲਸ ਮੇ ਠੀਕ ਹੈ ਜੈਸੇ ਕਿ 24/7 ਹੈ ਉਨਕੇ ਲਈ ਕੋਈ ਸਿਕਿਉਰਿਟੀ ਨਹੀਂ ਹੈ ਜੋ ਇਨਕੇ ਨੰਬਰ ਅਵੇਲੇਬਲ ਹੈ ਹੈਲਪਲਾਈਨ ਕੇ ਵੋ ਹੋਤੇ ਹੀ ਨਹੀਂ ਵੋ ਮਿਲਤੇ ਹੀ ਨਹੀਂ ਆਦੇ ਜ਼ਿਆਦਾ ਟਾਈਮ ਤੋ ਗਰਲਸ ਕੋ ਕਾਫੀ ਜ਼ਿਆਦਾ ਪ੍ਰੋਬਲਮ ਫੇਸ ਕਰਨੀ ਜਾਂਦੀ ਹੈ ਪੜਤੀ ਹੈ ਹਮਾਰੀ ਪਾਰਟੀ ਕਾ ਮੇਨ ਮੁੱਦਾ ਹੀ ਹੈ ਕਿ ਹਮ ਗਰਲਸ ਕੋ ਇੰਡੀਪੈਂਡੈਂਸ ਹੀ ਦੇਂਗੇ ਗਰਲਸ ਕੋ ਇੰਡੀਪੈਂਡੈਂਟ ਬਣਾਏਂਗੇ ਇੰਡੀਵਿਜੁਅਲ ਗਰਲਸ ਆਪਣੇ ਆਪ ਕੋ ਪ੍ਰਮੋਟ ਕਰ ਸਕਤੀ ਆਪਣੇ ਆਪਣੇ ਸਕਿਲਸ ਦਿਖਾ ਸਕਤੀ ਹੈ ਜੈਸੇ ਬਹੁਤ ਸਾਰੀ ਗਰਲਸ ਕਾ ਪੋਲੀਟੀਕਲੀ ਇੰਟਰਸਟ ਹੋਤਾ ਬਟ ਉਹ ਕਿਸੇ ਪੋਲੀਟੀਕਲ ਪਾਰਟੀ ਮੇਂ ਜਾਤੀ ਨਹੀਂ ਹੈ ਕਾਫੀ ਰੀਜ਼ਨ ਹੋਤੇ ਉਨਕੇ ਘਰ ਪੇ ਫੋਨ ਕਰਾ ਦੇਤੇ ਹੈ ਐਸੇ ਯੇ ਵੋ ਫਲਾਂ ਉਨਕੋ ਪਰ ਗਲਤ ਨਾਮ ਲਗਾ ਦੇਤੇ ਹੈ ਤੋ ਸਭਸੇ ਬੜਾ ਰੀਜ਼ਨ ਯਹੀ ਹੈ ਕਿ ਗਰਲਸ ਕੋ ਹਮਾਰੀ ਪਾਰਟੀ ਸੇ ਪ੍ਰਮੋਟ ਕਰਾ ਜਾਏਗਾ ਮਤਲਬ ਯੂਨੀਵਰਸਿਟੀ ਵਾਲੀ ਜਗ੍ਹਾ ਪੇ ਵੀ ਆਕਰ ਯੇ ਹੈ ਕਿ ਗਰਲਸ ਬਿਲਕੁਲ ਖੁੱਲ ਕੇ ਸਾਹਮਣੇ ਨਹੀਂ ਆ ਸਕਦੀ ਨਹੀਂ ਬਿਲਕੁਲ ਵੀ ਨਹੀਂ ਉਨਕੋ ਪ੍ਰੈਸ਼ਰ ਕਰਾ ਜਾਤਾ ਹੈ ਦੋਸਤੋ ਸੇ ਘਰਵਾਲੋ ਸੇ ਵਹਾਂ ਕੇ ਆਪਣੇ ਮਿਨਿਸਟਰਸ ਸੇ ਫੋਨ ਕਰਾਏ ਜਾਤੇ ਹੈ ਕਿ ਨਹੀਂ ਤੁਮ ਲੋਗ ਨਹੀਂ ਆਗੇ ਜਾਓਗੇ ਉਨਕੋ ਅਲਗ ਅਲਗ ਤਰੀਕੋ ਸੇ ਬਲੈਕਮੇਲ ਕਰਾ ਜਾਤਾ ਹੈ ਤੋ ਕਾਫੀ ਚੀਜ਼ੇ ਹੋਤੀ ਹੈ ਪੋਲੀਟੀਕਲ ਪਾਰਟੀਜ਼ ਮੇਂ ਹਮਾਰੀ ਪਾਰਟੀ ਇਸਕੇ ਬਿਲਕੁਲ ਅਗੇਂਸਟ ਹੈ ਔਰ ਹਮ ਗਰਲਸ ਕੋ ਪੂਰਾ ਪ੍ਰਮੋਟ ਕਰੇਂਗੇ ਸਪੋਰਟ ਕਰੇਂਗੇ ਅਰਸ਼ ਤੁਸੀਂ ਗੱਲ ਕਰ ਰਹੇ ਹੋ ਕਿ ਪੋਲੀਟੀਕਲ ਪਾਰਟੀਜ਼ ਦੇ ਨਾਲ ਲਿੰਕ ਨੇ ਬਾਕੀ ਦੀਆਂ ਜਿੰਨੀਆਂ ਵੀ ਪਾਰਟੀਜ਼ ਨੇ ਤੇ ਪੋਲੀਟਿਕਸ ਫ੍ਰੀ ਕਰਨਾ ਚਾਹੁੰਦੇ ਹੋ ਯੂਨੀਵਰਸਿਟੀ ਨੂੰ ਪਰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਕਿਉਂਕਿ ਹੋਸਟਲਸ ਦਾ ਮੁੱਦਾ ਜਿਸ ਤਰੀਕੇ ਨਾਲ ਪਿਛਲੀ ਵਾਰ CYSS ਨੇ ਖੜਾ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਖੁਦ ਵਿਜ਼ਿਟ ਵੀ ਕਰਕੇ ਗਏ ਆ ਆਸ਼ਵਾਸਨ ਦੇ ਕੇ ਗਏ ਆ ਕਿ ਹੋਸਟਲ ਇੱਥੇ ਬਣਨਗੇ ਉਹਦੇ ਲਈ ਉਹਨਾਂ ਦੇ ਵੱਲੋਂ ਜਿਹੜਾ ਪੈਸਾ ਭੇਜਿਆ ਜਾਏ ਮੇਰੇ ਹਿਸਾਬ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ 50 ਯੂਨੀਵਰਸਿਟੀ 'ਚ ਵਿਜ਼ਿਟ ਕਰਕੇ ਗਏ ਹੋਣਗੇ ਅਤੇ ਉਸ ਤੋਂ ਬਾਅਦ 'ਚ ਵੀ ਦੋਨਾਂ ਚੀਜ਼ਾਂ 'ਚ ਮੈਨੂੰ ਕੋਈ ਫਰਕ ਨਹੀਂ ਲੱਗਿਆ ਕਿਉਂਕਿ ਉਦੋਂ ਕਮੇਡੀ ਕਰਨ ਆਉਂਦੇ ਸੀ ਹੁਣ ਸੀਰੀਅਸ ਕਮੇਡੀ ਕਰਨ ਆਉਂਦੇ ਆ ਆਏ ਆ ਕਮੇਡੀ ਕੀਤੀ ਆ ਕੇ ਕਿਹਾ ਹੈ ਕਿ ਅਸੀਂ ਹੋਸਟਲ ਦੇ ਰਹੇ ਹਾਂ ਤੁਹਾਨੂੰ ਇਹ ਕਰ ਰਹੇ ਹਾਂ ਮੈਨੂੰ ਹਾਲੇ ਤੱਕ ਕੋਈ ਨੀਂਹ ਪੱਥਰ ਨਹੀਂ ਦਿਸਿਆ ਅਤੇ ਯੂਨੀਵਰਸਿਟੀ ਦੇ ਅਕਾਊਂਟ ਦੇ ਵਿੱਚ ਇੱਕ ਸਿੰਗਲ ਰੁਪਈਆ ਨਹੀਂ ਆਇਆ ਕਿ ਅਸੀਂ ਨਵਾਂ ਹੋਸਟਲ ਬਣਾ ਰਹੇ ਹਾਂ ਤੁਹਾਡੇ ਮੈਨੀਫੈਸਟੋ ਦੇ ਵਿੱਚ ਕੀ ਕੁਝ ਹੋਏਗਾ ਸਭ ਤੋਂ ਪਹਿਲਾਂ ਸਿਕਿਉਰਿਟੀ ਦਾ ਮੁੱਦਾ ਕਿ ਯੂਨੀਵਰਸਿਟੀ ਦੇ ਵਿੱਚ ਸਿਕਿਉਰਿਟੀ ਨੂੰ ਲੈ ਕੇ ਅੱਗੇ ਆਈਏ ਦੂਸਰੇ ਨੰਬਰ ਦੇ ਉੱਤੇ ਪਲੇਸਮੈਂਟ ਤੀਸਰੇ ਨੰਬਰ ਦੇ ਉੱਤੇ ਜਿਵੇਂ ਕਿ ਸਾਡੇ ਸੈਂਟਰ ਦੀ ਗੱਲ ਕਰ ਲਈਏ ਸੈਂਟਰ ਗਵਰਨਮੈਂਟ ਦੀ ਗੱਲ ਕਰ ਲਈਏ ਕਿ ਸੈਂਟਰ ਸਰਕਾਰ ਨੇ ਵੀ ਕਿਹਾ ਮੋਦੀ ਜੀ ਨੇ ਕਿਹਾ ਕਿ ਅਸੀਂ ਵਿਸ਼ਵ ਗੁਰੂ ਬਣਾਂਗੇ ਇੱਕ ਦਿਨ ਮੈਨੂੰ ਐਂ ਲੱਗਦਾ ਕਿ ਜਿਸ ਦੇਸ਼ ਦੇ ਵਿੱਚ ਐਜੂਕੇਸ਼ਨ ਅਤੇ ਹੈਲਥ ਵਿਕਾਊ ਹੋਏ ਉਹ ਕਦੇ ਵਿਸ਼ਵ ਗੁਰੂ ਨਹੀਂ ਬਣ ਸਕਦਾ ਤਾਂ ਸਭ ਤੋਂ ਪਹਿਲਾ ਮੁੱਦਾ ਮੇਨ ਸਭ ਤੋਂ ਵੱਡਾ ਮੁੱਦਾ ਆਪਾਂ ਗੱਲ ਕਰੀਏ ਤਾਂ ਇਹ ਹੈ
कि असी आदि सब तो ज़्यादा पावर इस गल के उत्ते लाऊंगे कि कला इस यूनीवर्सिटी का नहीं, जितों तक असी जोर ला सकी कि यूनीवर्सिटियां दे विच ते जिन्नी भी एजुकेशन है टोटली फ्री होनी चाहिए है। प्लस की है कि यूनीवर्सिटी दे विच कुछ सैल्फ फाइनेंस कोर्सिज ने जिन्हों का की है कि यूनीवर्सिटी ने उन्होंने पला झाड़िया है कि तुहानू सिर्फ फैकल्टी देंगे स्टूडेंट देंगे पर तुहानू सरकारी खाते दे विचों पैसा नहीं देंगे, तुसी खुद बच्चा तो पैसा लेना, उन्हां दी लख लख रुपया फीस है, किसी गवर्नमेंट अदारे दे विच किसी डिपार्टमेंट की लख रुपया फीस होगी, कोई स्टूडेंट किवें सोच लेगा भी वह पढ़ लेगा, तो उन्हां चीज़ां नूं पिछे करन लई अगे आऊंगे ते वो फीसां नूं बैक करा के बाकी स्टूडेंट दे बराबर करने की कोशिश करांगे। अच्छा सी वाई एस एस ने गल की कि असी ब्यूटीफिकेशन की है यूनिवर्सिटी की, वो भी जीरो रुपए कोर्स से एक रुपया भी असी नहीं लगाया गया। रुपया क्यों ही लगाएंगे, जब नैक की टीम आई तो व्यू अपने आप ही करवा रही थी सब चीज़ें, पूरे साल जो ब्यूटीफिकेशन हुई नहीं, जब एंड पॉइंट पर उनको ब्यूटीफिकेशन याद आ गई, मुद्दे तो इनके बड़े तेज तेज थे, आयुष खटकर ब्यूटीफिकेशन कहाँ गई थी पूरे साल ब्यूटीफिकेशन, पूरे साल भी तो वो चलनी चाहिए थी ना, तब तो गर्ल्स के वॉशरूम को हाइजीनिक बनाना, देखना यहाँ स्टूसी पे जो गंदगी पड़ी रहती है वो चीज़, कुछ भी नहीं, नए पेड़ लगाना, प्लांटेशन ड्राइव्स, कुछ भी नहीं हुआ डिपार्टमेंट में या ना यूनिवर्सिटी के अंदर कहीं कुछ हुआ, बस जब नैक की टीम आनी थी तब A++ ग्रेड लेने का अपना पूरा वो दिखा दिया कि हाँ भाई हमारी वजह से हुआ है ये सब चीज़ें, जबकि उन लोगों ने पूरे साल कुछ भी नहीं करा, चलो तो करा तो नहीं, दिखे ही नहीं। एक अर्शी PhD दे स्टूडेंट्स नू जो प्रॉब्लम्स फेस करनी पै रही उसकी भी गल कर रहे थे कि सी गमता के उन्होंने गाइड नहीं मिलते, मैं कि पूरे कल्ली यूनिवर्सिटी का मुद्दा नहीं गा, पूरे पंजाब का मुद्दा कि कुछ टाइम तो करीबन 30-35 साल ही हो गए ने कि प्रोफेसर दिन नवी भर्ती नहीं आईया, जिन्ने प्रोफेसर उदो भर्ती हुई सी उही सी हुण हौली हौली करके सारे रिटायर हो रहे हैं, नवी भर्ती हो नहीं रही है, तो की हुंदा कि जो मास्टर स्टूडेंट कोई मास्टर्स कर लेंदे उस तो बाद उन्हें फर्दर स्टडी PhD करनी है, उनके लिए एक पक्का प्रोफेसर चाहिए जिन्हें पहला तो PhD की होगी, तो हूँ जिवें आप पंजाबी डिपार्टमेंट की गल करिए उन्हां कोल सिर्फ दो ने ते 35 सीटां PhD दियां, जे उन्हां कोले 5 होणगे 7 होणगे तो 35 तो 40-50 सीटां हो सकदी स्टूडेंट दियां, इन्हां कारणां करके स्टूडेंट है जे कुछ है जे स्टूडेंट ने जिन्हां नूं PhD दी सीट ही नहीं मिलती, एलिजिबल ने PhD करन लई पर उन्हां नूं गाइड नहीं मिलता, क्यों, क्योंकि पक्के प्रोफेसर ही नहीं है तो PhD कराएगा कौन, तो साडी सब तो प्रायोरिटी दे उत्ते ये भी काम रहेगा कि असी गवर्नमेंट दे उत्ते ते PU दे उत्ते प्रेशर बिल्ड करिए ਤਾਂ ਜੋ ਜਿੰਨੇ ਵੀ ਗੈਸਟ ਆਫ ਫੈਕਲਟੀ ਤੇ ਜਾਂ ਹੋਰ ਪੋਸਟਾਂ ਕੱਢੀਆਂ ਜਾਣ ਤੇ ਹਰੇਕ ਡਿਪਾਰਟਮੈਂਟ ਦੇ ਜਿੰਨੀਆਂ ਵੈਕੈਂਸੀਆਂ ਖਾਲੀ ਨੇ ਉਹ ਸਾਰੀਆਂ ਪੱਕੀਆਂ ਕੀਤੀਆਂ ਜਾਣ। ਅੱਛਾ ਮੇਰਾ ਆਖਰੀ ਸਵਾਲ ਹੈ ਕਿ ਇਲੈਕਸ਼ਨ ਦੇ ਵਿੱਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੋਇਆ, ਨਾਮ ਕਦੋਂ ਤੱਕ ਤੁਹਾਡੀ ਪਾਰਟੀ ਦੇ ਵੱਲੋਂ ਅਨਾਊਂਸ ਕਰ ਦਿੱਤੇ ਜਾਣਗੇ? ਕੈਂਡੀਡੇਟ ਨਾਮ ਸਾਡੀ ਪਾਰਟੀ ਵੱਲੋਂ ਵੈਸੇ ਤਾਂ 5-7 ਦਿਨ ਬਾਅਦ ਅਸੀਂ ਆਪਣੀ ਜਿੰਨੀਆਂ ਪੋਸਟਾਂ ਹੋਣਗੀਆਂ ਅਨਾਊਂਸ ਕਰ ਦਿਆਂਗੇ। ਪਲੱਸ ਕੀ ਹੁੰਦਾ ਕਿ ਜਿਵੇਂ ਪੋਲੀਟੀਕਲ ਪਾਰਟੀਜ਼ ਨੂੰ ਲੈ ਕੇ ਅਸੀਂ ਜੋ ਕੈਂਡੀਡੇਟ ਲੜਾਉਂਗੇ ਉਹ ਸਿਰਫ ਤੇ ਸਿਰਫ ਨੋਮੀਨੇਸ਼ਨ ਤੋਂ ਅਗਲੇ ਦਿਨ ਹੀ ਕਨਫਰਮ ਕਰਾਂਗੇ, ਕਿਉਂਕਿ ਸਾਨੂੰ ਵੀ ਐਂ ਲੱਗਦਾ ਜਿੰਨਾ ਪ੍ਰੈਸ਼ਰ ਸਾਡੇ 'ਤੇ ਆਇਆ ਜਿਸ ਦਿਨ ਅਸੀਂ ਆਪਣਾ ਕੈਂਡੀਡੇਟ ਅਨਾਊਂਸ ਕਰੂੰਗੇ, ਸਾਨੂੰ ਇਹ ਡਰ ਅਤੇ ਸ਼ੰਕਾ ਹੈ ਕਿ ਉਹ ਉਹਦੇ ਉੱਤੇ ਕਿੰਨਾ ਪ੍ਰੈਸ਼ਰ ਆਏਗਾ ਜੇ ਉਹਦੇ ਨਾਲ ਕੁਛ ਵੀ ਅਣਹੋਣ ਨਹੀਂ ਹੋ ਸਕਦੀ ਹੈ, ਇਸੇ ਕਰਕੇ ਅਸੀਂ ਉਹਨਾਂ ਨੂੰ ਸੀਕ੍ਰੇਟ ਰੱਖਾਂਗੇ। ਤਾਂ ਬਿਲਕੁਲ ਇੱਕ ਨਵਾਂ ਫਰੰਟ ਜਿਹੜਾ ਉਹ ਯੂਨੀਵਰਸਿਟੀ ਦੇ ਵਿੱਚ ਜ਼ਰੂਰ ਖੜਾ ਹੋਇਆ ਹੈ ਅਤੇ ਕਿਤੇ ਨਾ ਕਿਤੇ ਗੱਲ ਕੀਤੀ ਜਾ ਰਹੀ ਹੈ ਯੂਨੀਵਰਸਿਟੀ ਦੇ ਵਿੱਚ ਜਿਹੜੇ ਵਿਦਿਆਰਥੀ ਪੜ੍ਹਦੇ ਨੇ ਉਹਨਾਂ ਦੇ ਹੱਕਾਂ ਦੀ, ਕਿਉਂਕਿ ਜਿੰਨੀਆਂ ਵੀ ਕਿਹਾ ਜਾ ਰਿਹਾ ਕਿ ਬਾਕੀ ਦੀਆਂ ਪਾਰਟੀਜ਼ ਨੇ ਉਹਨਾਂ ਦੇ ਕਿਤੇ ਨਾ ਕਿਤੇ ਪੋਲੀਟੀਕਲ ਲਿੰਕਸ ਨੇ ਅਤੇ ਕਿਤੇ ਨਾ ਕਿਤੇ ਮਾਹੌਲ ਜਿਹੜਾ ਉਹ ਜ਼ਰੂਰ ਪੋਲੀਟੀਕਲ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ, ਉਸ ਚੀਜ਼ ਨੂੰ ਅਲੱਗ ਕਰਨ ਦੇ ਲਈ ਇਹ ਜਿਹੜਾ ਨਵਾਂ ਫਰੰਟ ਹੈ USO ਉਹ ਖੜਾ ਕੀਤਾ ਗਿਆ। ਵੇਖਣਾ ਹੋਏਗਾ ਕਿ ਵਿਦਿਆਰਥੀ ਹੁਣ ਕਿਸ ਦੀ ਸੋਚ ਦੇ ਉੱਤੇ ਮੋਹਰ ਲਾਉਂਦੇ ਨੇ ਅਤੇ ਅੱਗੇ ਜਿਹੜਾ ਇਹ ਫਰੰਟ ਹੈ ਉਹ ਕੀ ਕੁਛ ਕਾਰਜ ਕਰਦਾ ਹੈ। ਕੈਮਰਾ ਪਰਸਨ ਸੰਦੀਪ ਦੇ ਨਾਲ ਸ਼ਾਲੂ ਮਿਰੋਕ, ਪੰਜਾਬੀ ਯੂਨੀਵਰਸਿਟੀ, ਚੰਡੀਗੜ੍ਹ।